माशाल्लाह जी जानी साहब ਤੁਸੀਂ ਬਹੁਤ ਵੱਡੇ ਮਾਸ਼ਾਅੱਲਾ ਟਿਕਟਾਕਰ ਹੋ ਜੀ ਜੀ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਅਸੀਂ ਜਨਾਬ ਇਸੇ ਫੈਸਲਾਬਾਦ ਦੇ ਰਹਿਣ ਵਾਲੇ ਆ ਅੱਛਾ ਜਿਸਤਿਆਣਾ ਰੋਡ ਤੇ ਆਪਣੀ ਰਹਿਸ਼ ਹੈ ਅੱਛਾ ਤੇ ਪੰਜਾਬੀ ਸਾਡਾ ਸ਼ੌਂਕ ਹੈ ਤੇ ਪੰਜਾਬੀ ਬੋਲਨੇ ਆ ਮਾਸ਼ਾਅੱਲਾ ਬਹੁਤ ਵੱਡੇ ਟਿਕਟਾਕਰੋ ਕੋ ਸਾਨੂੰ ਵੀ ਸੁਣਾ ਦਿਓ ਸਾਨੂੰ ਜੀ ਮੇਰਾ ਜਿਹੜਾ ਸਭ ਤੋਂ ਪਹਿਲਾ ਸ਼ੇਰ ਹੈ ਬੜਾ ਵਾਇਰਲ ਹੋਇਆ ਜੀ ਨਸੀਬ ਬਣਦੇ ਨੂੰ ਬਣਾਣੇ ਪੈਂਦੇ ਨੇ ਸ਼ਰੀਕ ਨੱਚਦੇ ਨਹੀਂ ਨਚਾਉਣੇ ਸਮਝਾਣੇ ਪੈਂਦੇ ਮਾਸ਼ਾਅੱਲਾ ਵੈਰੀ ਗੁੱਡ ਕੀ ਤੇ ਮੈਨੂੰ ਅੱਲਾ ਦਾ ਸ਼ੁਕਰ ਹੈ ਹੋਰ ਵੀ ਬਹੁਤ ਆਂਦੇ ਨੇ ਅੱਛਾ ਸਾਡੇ ਨਾਂ ਕਰ ਦਿੰਨੇ ਆ ਮੇਰਾ ਨਾਮ ਮੁਹੰਮਦ ਮਨਸ਼ਾ ਜੀ ਮੈਂ YouTube ਚੈਨਲ ਬਣਾਇਆ ਡੇਢ ਕੁ ਮਹੀਨਾ ਹੋਇਆ ਤੇ ਮੈਂ ਸਾਰੇ ਮੇਰੇ ਬਰਾਵਾਂ ਨੂੰ ਰਿਕਵੈਸਟ ਹੈ ਕਿ ਆਪਣਾ ਵੀਰ ਬੜੀ ਆਪਣੇ ਨਾਲ ਮੁਹੱਬਤਾ ਕਰਦਾ ਹੈ ਮਨਸ਼ਾ ਸਾਹਿਬ ਤੇ ਇਹਨਾਂ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਇਹ ਬਹੁਤ ਮੁਹੱਬਤ ਵਾਲੇ ਵੀਰ ਨੇ ਤੇ ਬਾਕੀ ਇਹਨਾਂ ਵਾਸਤੇ ਸ਼ੇਰ ਸੁਣ ਕੇ ਸੁਣਾਓ ਜੀ ਮਾਸ਼ਾਅੱਲਾ ਉਹਨਾਂ ਵਿੱਚ ਦਹੀਂ ਮਾਈਆ ਸਾਡਾ ਵੀਰ ਹੈ YouTube ਪਰ ਹੈ ਨਾਲੇ ਬਹੁਤ ਸੋਹਣਾ ਹੈ ਨਾਲੇ TikTok ਸਟਾਰ ਹੈ ਯਾਰਾਂ ਦਾ ਯਾਰ ਹੈ ਵੈਰੀਆਂ ਦਾ ਵੈਰੀ ਹੈ ਓਏ ਸ਼ਰੀਕੋ ਕੁਕੂੜ ਤਾਂ ਨਹੀਂ ਮਾਈਆ ਮਾਸ਼ਾਅੱਲਾ ਵੈਰੀ ਗੁੱਡ ਸੁਣਾ ਮਾਸ਼ਾਅੱਲਾ ਜੀ ਅੱਗੇ ਤੁਸੀਂ ਕੀ ਮੈਸੇਜ ਆਵਾਮ ਨੂੰ ਦੇਣਾ ਚਾਹੋਗੇ ਹਾਂ ਜਨਾਬ ਮਨਸ਼ਾ ਸਾਹਿਬ ਇਹ ਆਖਣਾ ਚਾਹਨਾ ਕਿ ਜਿਹੜੀ TikTok ਐਪ ਹੈ ਨਾ ਇਹ ਗਰੀਬ ਜਿਹੜੇ ਬੇਰੋਜ਼ਗਾਰ ਲੜਕੇ ਹਨ ਜਿਨ੍ਹਾਂ ਦੇ ਟੈਲੈਂਟ ਹੈ ਜੀ ਉਹ ਅੱਗੇ ਆਣਾ ਚਾਹੀਦਾ ਤੇ ਅੱਜ ਕੱਲ ਇੱਕ ਲਾਈਫ ਦਾ ਸਿਸਟਮ ਆਇਆ ਹੈ ਜੀ ਜੀ ਪਹਿਲਾਂ ਸਮਝ ਚਾਹੀਦੀ ਬਾਹਰ ਦੀ ਹੁਣ ਉਹਨਾਂ ਇੱਕ ਸਿਸਟਮ ਕਰ ਛੜਿਆ Google ਜਾਓ ਤੇ ਉੱਥੇ ਜਨਾਬ ਉਹ ਸਿਸਟਮ ਹੈ ਤੁਸੀਂ ਰਾਤ ਨੂੰ ਲਾਈਵ ਆ ਸਕਦੇ ਹੋ ਉਹ ਮੈਚ ਵਗੈਰਾ ਹੁੰਦੇ ਨੇ ਉੱਥੇ ਤੁਹਾਨੂੰ ਮੁਆਵਜ਼ਾ ਮਿਲਦਾ ਹੈ ਜੀ ਜੀ ਤੇ ਬਾਕੀ ਇਹਦੇ ਵਿੱਚ ਇੱਜ਼ਤ ਹੈ ਸ਼ੋਹਰਤ ਹੈ ਜੀ ਜੀ ਬਾਕੀ ਨਿਜ਼ਾਮ ਹੈ ਲੋਕ ਪਿਆਰ ਕਰਦੇ ਨੇ ਜੀ ਜੀ ਇਹ ਹੀ ਕਾਫੀ ਹੈ ਇਹ ਬੜੀ ਗੱਲ ਆ ਜੀ ਮਾਸ਼ਾਅੱਲਾ ਤੁਸੀਂ ਬਹੁਤ ਮੁਰਸ਼ਿਦ ਹੋਣਾ ਚਿੰਨੋੜ ਤੋਂ ਆਏ ਨੇ ਆਪਣੇ ਬੜੀ ਆਪਣੇ ਨਾਲ ਮੁਹੱਬਤ ਕਰਦੇ ਨੇ ਮਾਸ਼ਾਅੱਲਾ ਤੇ ਜਨਾਬ ਇਹਨਾਂ ਨੂੰ ਪੁੱਛ ਲਓ ਕਿ ਇਹ ਕਿਉਂ ਆਏ ਨੇ ਸਾਹਿਬ ਜ਼ਹਿਰ ਹੈ TikTok ਵਾਸਤੇ ਆ ਮਿਲਣ ਵਾਸਤੇ ਮਾਸ਼ਾਅੱਲਾ ਚਾਹਤ ਵਾਸਤੇ ਅੱਛਾ ਅੱਛਾ ਕਿਹੜੇ ਸਬਸਕ੍ਰਾਈਬਰ ਨੇ ਤੁਹਾਡੇ ਮੇਰੇ ਜਨਾਬ 7300 ਫਾਲੋਅਰ ਨੇ 9 ਲੱਖ ਤਕਰੀਬਨ 71000 ਲਾਈਕ ਹਨ ਅੱਛਾ ਦੋ ਅਕਾਊਂਟ ਮੇਰੇ ਬਲੌਕ ਵੀ ਹੋ ਗਏ ਨੇ ਮਾਸ਼ਾਅੱਲਾ ਹੋਰ ਇਹਦੇ ਤੇ ਵੀ ਅੱਲਾ ਦਾ ਸ਼ੁਕਰ ਹੈ ਇਜ਼ਾ ਮੈਂ ਤੁਹਾਡੇ ਨਾਲ ਬੜਾ ਪਿਆਰ ਕਰਦੇ ਨੇ ਮਾਸ਼ਾਅੱਲਾ ਮਾਸ਼ਾਅੱਲਾ ਬਾਕੀ ਮੇਰੀ ਜਿਹੜਾ ਸਿਸਟਮ ਹੈ ਸ਼ਾਇਰੀ ਹੈ ਪੰਜਾਬੀ ਦੇ ਵਿੱਚ ਪੰਜਾਬੀ ਦੇ ਵਿੱਚ ਕੋ ਹੋਰ ਸਾਨੂੰ ਸ਼ੇਅਰ ਕਰਨਾ ਤੁਹਾਡੇ ਨਜ਼ਰ ਸ਼ੇਅਰ ਹੈ ਵਿਚਾ ਤਸੱਲੀ ਨਾਲ ਪੀਤੀ ਕਰ ਅੱਛਾ ਜਿਹੜਾ ਇੱਜ਼ਤ ਕਰਨ ਦੀ ਕੀਤੀ ਕਰ ਲੰਡਿਆਂ ਦੀ ਨਹੀਂ ਮਾਸ਼ਾਅੱਲਾ ਜੀ ਅਸਲਾਮ ਅਲੈਕੁਮ ਕੀ ਹਾਲ ਹੈ ਜੀ ਸ਼ਾਹ ਸਾਹਿਬ ਅਲਹਮਦੁਲਿਲਾ ਕਿੱਥੋਂ ਆਏ ਹੋ ਸਰ ਤੁਸੀਂ ਜੀ ਮੈਂ ਚਨੇਉੜ ਤੋਂ ਆਇਆ ਅੱਛਾ ਮਾਸ਼ਾਅੱਲਾ ਜੀ ਤੁਸੀਂ ਇਹਨਾਂ ਨੂੰ ਮਿਲਣ ਆਏ ਹੋ ਮਾਸ਼ਾਅੱਲਾ ਜੀ ਬਹੁਤ ਬੜੀ ਹਸਤੀ ਦੇ ਜੀ ਟਿਕਟਾਂ ਪਰ ਦੀ ਮਾਸ਼ਾਅੱਲਾ ਅੱਲਾਹ ਤਾਲਾ ਇਹਨਾਂ ਨੂੰ ਹੋਰ ਸ਼ੋਰ ਦਾ ਨਸੀਬ ਫਰਮਾਏ ਜੀ ਬੜੀਆ ਤਰੱਕੀ ਮਾਸ਼ਾਅੱਲਾ ਇਹਨਾਂ ਦੇ ਵਿੱਚ ਟੈਲੈਂਟ ਬੜਾ ਬੋਲੋ ਬਹੁਤ ਅੱਛਾ ਤਾਂ ਕਿਆ ਸਾਨੂੰ ਸੁਣਾਉਣਾ ਚਾਹੁੰਦੇ ਸ਼ਾਹ ਸਾਹਿਬ ਤੁਸੀਂ ਸਲਾਮ ਸਾਨੂੰ ਕੁਝ ਮੈਂ ਅਰਜ਼ ਕਰਨਾ ਚਾਹਨਾ ਅਜ਼ਲ ਤੋਂ ਗਿੰਤੇ ਅਬਦ ਦੇ ਤਈ ਖੁਦਾ ਦੇ ਬੰਦਿਆਂ ਦੀ ਲੈਣ ਹਿੱਕ ਮਾਸ਼ਾਅੱਲਾ ਸੌਕ ਹਿੱਕ ਜਨੂਨ ਹਿੱਕ ਰੰਜੋ ਰਾਹਤ ਚੈਨ ਹਿੱਕ ਅਲੀ ਦੇ ਇਸਮੇ ਗਰਾਮੀ ਅੰਦਰ ਜੇ ਗੌਰ ਹੋਵੇ ਤੇ ਐਨ ਹਿੱਕ ਖੁਦਾ ਦੀ ਸਾਰੀ ਖੁਦਾਈ ਦੇ ਵਿੱਚ ਯਜ਼ੀਦ ਗੈਰਨ ਹੁਸੈਨ ਹਿੱਕ ਮਾਸ਼ਾਅੱਲਾ ਵੈਰੀ ਗੁੱਡ ਕੀ ਬਾਤ ਹੈ ਸਰ ਕੀ ਬਾਤ ਹੈ ਜਜ਼ਾਕ ਅੱਲਾ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਅੱਜ ਕਰੋ ਰਾਣਾ ਸਾਹਿਬ ਦਾ ਵੀ ਕਰ ਲੈਂਦੇ ਆ ਜੀ ਰਾਣਾ ਸਾਹਿਬ ਦਾ ਫੋਨ ਕਰ ਦਿਓ ਹੁਣ ਰਾਣਾ ਵਾਲੇਕੁਮ ਅਸਲਾਮ ਜੀ ਕੀ ਨਾਮ ਤੁਹਾਡਾ ਸਰ ਰਾਣਾ ਤਾਰਿਕ ਨਸੀਮ ਖਾਨ ਮਾਸ਼ਾਅੱਲਾ ਰਾਣਾ ਤਾਰਿਕ ਨਸੀਮ ਸਾਹਿਬ ਤੁਸੀਂ ਵੀ ਟਿਕਟਾਕਰ ਹੋ ਅਲਹਮਦੁਲਿਲਾ ਜੀ ਮਾਸ਼ਾਅੱਲਾ ਅੱਲਾ ਤਾਲਾ ਤੁਹਾਡੇ ਤਰੱਕੀਆਂ ਤਾ ਫਰਮਾਏ ਇਹ ਕਿੰਨੇ ਸਬਸਕ੍ਰਾਈਬਰ ਹੋ ਗਏ ਨੇ ਸਾਡੇ ਮੇਰੇ ਦੋਸਤ ਆ ਜੀ ਜਾਨੀ ਮਲਾਨੀ ਭਾਈ ਜਾਨ ਮੇਰੇ ਤੋਂ ਨਹੀਂ ਹੋਏ ਲੇਕਿਨ ਨਵੇਂ ਹੀ ਆਏ ਅੱਛਾ ਅੱਜ ਅਸੀਂ ਇਹ ਨਾ ਹੋਣਾ ਚਾਹੁੰਦੇ ਸੀ ਇਹਨਾਂ ਨੇ ਸ਼ੁਕਰਤ ਹੈ ਉਹ ਆ ਗਿਆ ਲਾ ਸਾਡੇ ਸਾਡੇ ਮਿੱਤਰ ਨੇ ਜਾਨੀ ਮਲਾ ਗਿਆ ਇਨਸ਼ਾਅੱਲਾ ਇਹ ਕੋ ਜਿਹੜੀ ਪੰਜਾਬ ਦੇ ਨਾਲ ਜਾਣ ਗਏ TikTok ਦੇ ਨਾਲ ਵਾਲਾ ਮੇਰਾ ਭਾਈ ਹੈ ਮਾਸ਼ਾਅੱਲਾ ਅੱਲਾ ਖੈਰ ਕਰੇ ਜੀ ਜਾਨੀ ਮਲਾ ਨਹੀਂ ਹੋਣ ਆਣਗੇ ਇਹ ਨਹੀਂ ਦੋ 3000 ਹੈ ਹਸਲਾਬਾਦ ਦੀ ਇਨਸ਼ਾਅੱਲਾ TikTok ਦੀ ਪਛਾਣ ਜਾਨੀ ਮਲਾਂਦਾ ਹੈ ਮਲਾਂ ਜ਼ਿੰਦਾਬਾਦ ਜ਼ਿੰਦਾਬਾਦ ਹਸਲਾਬਾਦ ਦੀ ਇਨਸ਼ਾਅੱਲਾ ਜਾਨੀ ਮਲਾਂ ਮੁਲਾਕਾਤ ਹੋ ਗਈ ਤੇ ਬੜੀ ਖੁਸ਼ੀ ਹੋਈ ਅੱਲਾ ਤਾਲਾ ਦਿਨ ਦੋਲੀ ਰਾਤ ਚੋਗਣੀ ਤਰੱਕੀਆਂ ਤਾਂ ਫਰਮਾਏ ਸਾਰੇ ਗੱਲ ਭਾਈਜਾਨ ਉਹਨਾਂ ਟਿਕਟੋਕਰਾਂ ਜਿਹੜੀ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਜਿਨ੍ਹਾਂ ਦਾ ਕੋਈ 2000-4000 ਫਾਲੋਅਰ ਹੋ ਜਾਂਦਾ ਨਾ ਜੀ ਉਹਨਾਂ ਦੇ ਗਰਦੇ ਵਿੱਚ ਨਾ ਸਰੀਆ ਆ ਜਾਂਦਾ ਸਾਨੂੰ ਤੁਹਾਡਾ ਰੰਗੇ ਲੋਕ ਸਟਾਰ ਬਣਾਉਂਦੇ ਨੇ ਹਾਂਜੀ ਮੈਨੂੰ ਮੈਂ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦਾ ਜੀ ਅੱਲਾ ਨੂੰ ਆਕਰ ਬਿਲਕੁਲ ਨਹੀਂ ਪਸੰਦ ਨਹੀਂ ਹੈਗੀ ਅਸਾ ਤਾਂ ਆਕਰ ਨਾ ਕਰਿਆ ਕਰੋ ਮਿਹਨਤ ਕਰਿਆ ਕਰੋ ਅੱਲਾ ਤਾਲਾ ਇੱਜ਼ਤ ਜ਼ਿਲਤ ਜਦੋਂ ਪਤਾ ਹੈ ਇੱਜ਼ਤ ਜ਼ਿਲਤ ਅੱਲਾ ਦਿੰਦਾ ਹੈ ਜੀ ਫਿਰ ਅਸਰ ਦਾ ਫਾਇਦਾ ਭਾਈ ਜੀ ਨਹੀਂ ਫਾਇਦਾ ਇਸ ਵਾਸਤੇ ਮਿਹਨਤ ਕਰਿਆ ਕਰੋ ਨਾ ਸੜਿਆ ਕਰੋ ਨਾ ਮਰਿਆ ਕਰੋ ਤੇ ਸਾਰਿਆਂ ਨੂੰ ਮੇਰੀ ਰਿਕੁਐਸਟ ਹੈ ਕਿ ਯਾਰ TikTok ਤੇ ਨੱਚਣ ਗਾਣ ਵਾਲਿਆਂ ਨੂੰ ਬੜਾ ਵਾਇਰਲ ਕਰ ਦਿਓ ਕੋਈ ਅੱਛਾ ਜਿੰਦਾ ਟ੍ਰੈਂਡ ਹੋਵੇ ਨਾ ਜਿਵੇਂ ਅਸੀਂ ਪੰਜਾਬੀ ਬੋਲਨੇ ਪੰਜਾਬੀ ਬੋਲਨੇ ਮਿਹਨਤ ਕਰਨੇ ਆਏ
ਜਿਹੜੇ ਭਰਾ ਮੁਹਬਤਾਂ ਕਰਦੇ ਨੇ ਤੇ ਯਾਰ ਸਾਨੂੰ ਵੀ ਲਾਈਕ ਤੇ ਫਾਲੋ ਕਰ ਲਿਆ ਕਰੋ। ਹਾਂ ਏਡੀ ਗੱਲ ਕੋਈ ਨੀ, ਨੱਚਣ ਗਾਉਣ ਵਾਲੀਆਂ ਨੂੰ ਤੇ ਬੜਾ ਤੁਸੀਂ ਵਾਇਰਲ ਕਰਦੇ ਹੋ ਜਿਸ ਤਰ੍ਹਾਂ ਦਾ ਬਾਈ ਮਿਹਨਤ ਕਰ ਰਿਹਾ ਹੈ। ਜੀ ਜੀ ਇਹਨਾਂ ਦਾ ਇੱਕ ਤੁਹਾਡਾ ਇੱਕ ਸਕਿੰਟ ਲੱਗਣਾ ਇਹਨਾਂ ਨੂੰ ਸਬਸਕ੍ਰਾਈਬ ਕਰ ਦਿਆ, ਇਹਨਾਂ ਦਾ ਨਿਜ਼ਾਮ ਸੈੱਟ ਹੋ ਜਾਣਾ ਹੈ ਤੇ ਮਿਹਰਬਾਨੀ ਕਰਿਆ ਕਰੋ, ਸਾਡਾ ਕੱਖ ਨਹੀਂ ਜਾਣਾ ਤੇ ਇਹਨਾਂ ਦਾ ਚੰਗਾ ਭਲਾ ਨਿਜ਼ਾਮ ਚੱਲ ਜਾਣਾ, ਬੱਚਿਆਂ ਦੀ ਬਾਹਰ ਰੋਟੀ ਚੱਲ ਜਾਣੀ ਹੈ। ਬੜੀ ਮਿਹਰਬਾਨੀ ਕਰਿਆ ਕਰੋ, ਇਹਨਾਂ ਲੋਕਾਂ ਨੂੰ ਪਿਆਰ ਕਰਿਆ ਕਰੋ। ਹਾਂ ਬੜੀ ਮਿਹਰਬਾਨੀ, ਜਾਨੀ ਲੰਗਾ ਇਹਨਾਂ ਨਹੀਂ ਇਲਾਕਿਆਂ ਚ ਨਾ ਵੱਜਦੇ, ਜਦੋਂ ਤਿੰਨ ਚਾਰ ਬਿਲਾ ਇਕੱਠੇ ਹੋ ਜਾਵਣ ਟੱਟੂ ਪੈਰੇ ਲੰਡੂ ਸ਼ਰੀਕ ਜਾਂਦੇ ਨੇ ਸੜ ਮਰ ਓਏ, ਨਾ ਸੜਿਆ ਕਰੋ ਨਾ ਮਰਿਆ ਕਰੋ, ਮੁਹਬਤਾਂ ਕਰਿਆ ਕਰੋ ਤੇ ਤਾਂ ਵੱਜਦੇ। ਹਾਂ ਮਾਸ਼ਾਅੱਲਾ, ਇੱਕ ਮਿੰਟ ਚਲੋ ਸ਼ੁਰੂ ਕਰੋ। ਰਿਸ਼ਤਾ ਦੀਵਾਰੋ ਦਰ ਸੇ ਤੇਰਾ ਵੀ ਹੈ ਮੇਰਾ ਵੀ ਹੈ, ਮਤ ਜਲਾ ਇਸਕੋ ਯੇ ਘਰ ਤੇਰਾ ਵੀ ਹੈ ਮੇਰਾ ਵੀ ਹੈ, ਕਿਉਂ ਲੜੇ ਹਮ ਜ਼ਿੰਦਗੀ ਕੇ ਹਰ ਇੱਕ ਸੰਗੇ ਮੀਲ ਪਰ, ਇਸਮੇ ਨੁਕਸਾਨੇ ਸਫ਼ਰ ਤੇਰਾ ਵੀ ਹੈ ਮੇਰਾ ਵੀ ਹੈ। ਅੱਲਾ ਪਾਕ ਖੁਸ਼ ਰੱਖੇ।